ਦੀਏ ਤੇ ਤੂੰ ਸਾਨੂੰ ਕੀ ਦੇਵੇਂਗਾ ਗੁਰਮਖੋ ਗੁਰੂ ਨੂੰ ਪਦਾਰਥਾਂ ਦੀ ਲੋੜ ਨਹੀਂ ਹੈ ਅਸੀਂ ਸੋਚਦੇ ਹਾਂ ਵੱਡਾ ਨੋਟ ਪਾ ਦੇਾਂਗੇ ਤੇ ਗੁਰੂ ਸਾਡਾ ਹੋ ਜਾਏਗਾ ਗੁਰੂ ਨੂੰ ਪਦਾਰਥ ਦੀ ਲੋੜ ਨਹੀਂ ਹੈ ਸਤਗੁਰਾਂ ਨੇ ਪੁੱਛਿਆ ਜੇ ਤੈਨੂੰ ਮਿਲਾ ਦਈਏ ਸਾਨੂੰ ਕੀ ਦੇਵੇਂਗਾ ਬਜ਼ੁਰਗ ਘਰ ਦਾ ਪੁੱਛਦਾ ਨਾ ਬੱਚੇ ਨੂੰ ਜੇ ਤੈਨੂੰ ਆ ਚੀਜ਼ ਮੈਂ ਦਵਾ ਦਿਆਂ ਜਾਂ ਲਿਆ ਦਿਆਂ ਤੇ ਮੈਨੂੰ ਕੀ ਦੇਵੇਂਗਾ ਤੇ ਬੱਚੇ ਵਿਚਾਰੇ ਦੀ ਬਤ ਜਿਹੜੀ ਹੈ ਉਹ ਅਣਜਾਣ ਹੈ ਬੱਚਾ ਆਖਦਾ ਵੀ ਜੋ ਤੁਸੀਂ ਲੈ ਕੇ ਆਓਗੇ ਉਹਦੇ ਵਿੱਚੋਂ ਬਵੀ ਤੁਹਾਨੂੰ ਮੁੱਠ ਭਰ ਕੇ ਦੇ ਦੇਵਾਂਗਾ ਹੁਣ ਬੱਚੇ ਦਾ ਹੱਥ ਕਿੱਡਾ ਨਿਕਾ ਜਾ ਤੇ ਹੱਥ ਹੈ ਕਿੰਨੇ ਕੁ ਉਹ ਭਰ ਕੇ ਦੇਵੇਗਾ ਪਰ ਬੱਚਾ ਤੇ ਆਪਣੇ ਹਿਸਾਬ ਨਾਲ ਬੜਾ ਕੋਈ ਦਈ ਬੈਠਾ ਹੈ ਨਾ ਵੀ ਮੈਂ ਬੁੱਕ ਭਰ ਕੇ ਦੇਣਾ ਹੈ ਪਰ ਬੱਚੇ ਨੂੰ ਇਹ ਨਹੀਂ ਪਤਾ ਵੀ ਬੁੱਕ ਵੀ ਉਹਦੇ ਵਿੱਚੋਂ ਹੀ ਭਰ ਕੇ ਦੇਣਾ ਜਿਹੜਾ ਉਹ ਲੈ ਕੇ ਆਇਆ ਉਹਦੇ ਲਿਆਦੇ ਵਿੱਚ ਉਹਨੂੰ ਵਾਪਸ ਕਰਨਾ ਅਸੀਂ ਵੀ ਉਹੀ ਬੱਚੇ ਆ ਜਿੱਦਾ ਤੇ ਸਾਨੂੰ ਪ੍ਰਮਾਤਮਾ ਹੀ ਐ ਭਰ ਭਰ ਕੇ ਖਜ਼ਾਨੇ ਪਰ ਉਹਦੇ ਭਰੇ ਖਜ਼ਾਨੇ ਵਿੱਚੋਂ ਜੇ ਅਸੀਂ ਕੋਈ ਬੁੱਠ ਭਰ ਕੇ ਚੀਜ਼ ਗੁਰੂ ਨੂੰ ਵਾਪਸ ਵੀ ਕਰ ਦਿੰਦੇ ਅਸੀਂ ਆਖਦੇ ਵੀ ਮੇਰਾ ਨਾਂ ਬੋਲੋ ਕਿਉਂ ਕਿਉਂਕਿ ਮੈਂ ਦੇ ਕੇ ਚੱਲਿਆ ਪਰ ਦੇਤੇ ਨੂੰ ਪੁੱਛ ਲਿਆ ਜਾਵੇ ਵੀ ਤੂੰ ਕਿੱਥੋਂ ਦੇ ਕੇ ਚੱਲਿਆ ਤੇ ਫਿਰ ਜਵਾਬ ਇਹ ਆਵੇਗਾ ਵੀ ਮੈਨੂੰ ਗੁਰੂ ਨੇ ਦਿੱਤਾ ਗੁਰੂ ਦੇ ਦਿੱਤੇ ਵਿੱਚੋਂ ਗੁਰੂ ਨੂੰ ਵਾਪਸ ਕਰਕੇ ਆਪਣੀ ਹੋਂਮੈ ਜਨਉਦਾ ਪਿਆ ਕਦੇ ਗੁਰੂ ਨੇ ਨਹੀਂ ਆਖਿਆ ਕਿ ਤੂੰ ਆਪਣੇ ਘਰ ਦੇ ਬਾਹਰ-ਬਾਰ ਲਿਖ ਵੀ ਮੈਨੂੰ ਗੁਰੂ ਨੇ ਆ ਦਾਤ ਦਿੱਤੀ ਹੈ ਤੇ ਤਾਂ ਮੇਰੇ ਕੋਲ ਆਇਆ ਪਾਗਦ ਲਿਖਿਆ ਘਰ ਦੇ ਬਾਹਰ ਵੀ ਮੈਨੂੰ ਗੁਰੂ ਨੇ ਇਹਨਾ ਧਨ ਦਿੱਤਾ ਮੈਨੂੰ ਗੁਰੂ ਨੇ ਇਹਨੇ ਘਰ ਦਿੱਤੇ ਨੇ ਮੈਨੂੰ ਇਹਨੇ ਵਹੀਕਲ ਦਿੱਤੇ ਨੇ ਕਦੇ ਲਿਖਿਆ ਗੁਰੂ ਤੇ ਤੈਨੂੰ ਬੜਾ ਕੁਝ ਦਿੰਦਾ ਤੇ ਤੂੰ ਗੁਰੂ ਦਾ ਨਾਮ ਤੇ ਆਪਣੇ ਘਰ ਦੇ ਨਹੀਂ ਲਿਖਿਆ ਵੀ ਗੁਰੂ ਨੇ ਆ ਪਦਾਰਥ ਦਿੱਤੇ ਨੇ ਉਹਨਾਂ ਪਦਾਰਥਾਂ ਵਿੱਚੋਂ ਥੋੜਾ ਜਿਹਾ ਗੁਰੂ ਘਰ ਤੋਂ ਦੇ ਕੇ ਤੂੰ ਕਹਿੰਦਾ ਵੀ ਗੁਰੂ ਦੀ ਕੰਧ ਤੇ ਮੇਰਾ ਨਾਂ ਲਿਖਿਆ ਹੋਵੇ। ਪੱਥਰ ਤੇ ਮੇਰਾ ਨਾਂ ਲਿਖਿਆ ਹੋਵੇ। ਕੀ ਨਾਂ ਲਿਖਿਆ ਵੀ ਮੈਂ ਗੁਰੂ ਨੂੰ ਆ ਕੁਝ ਦੇ ਕੇ ਚੱਲਿਆ। ਤੇ ਜੇ ਗੁਰੂ ਅੱਗੋਂ ਕਹਿ ਦੇਵੇ ਭਾਈ ਜਨਮ ਵੀ ਤੈਨੂੰ ਮੈਂ ਦਿੱਤਾ, ਵਿਦਿਆ ਵੀ ਤੈਨੂੰ ਮੈਂ ਦਿੱਤੀ ਐ, ਨੌਕਰੀ ਵੀ ਤੈਨੂੰ ਮੈਂ ਦਿੱਤੀ ਐ, ਜਿਹੜਾ ਤੂੰ ਭੋਜਨ ਪ੍ਰਸ਼ਾਦਾ ਛਕਦਾ ਉਹ ਵੀ ਤੈਨੂੰ ਮੈਂ ਦਿੰਦਾ ਪਿਆ, ਉਹ ਜਿਹੜਾ ਭੋਜਨ ਪ੍ਰਸ਼ਾਦਾ ਤੇਰੇ ਅੰਦਰ ਹਜੇ ਬੁੰਦਾ ਪਿਆ। ਉਹ ਵੀ ਤੇ ਮੈਂ ਕਰਦਾ ਪਿਆ ਤੈਨੂੰ ਇਹ ਸਵਾਸ ਮੈਂ ਦਈ ਬੈਠਾ ਤੈਨੂੰ ਜ਼ਿੰਦਗੀ ਤੇ ਮੈਂ ਦਿੰਦਾ ਪਿਆ ਤੂੰ ਆਪਣੇ ਘਰ ਦੇ ਬਾਹਰ ਮੇਰਾ ਲਾਦੇ ਨਾਮ ਲਿਖ ਕੇ ਵੀ ਸਭ ਕੁਝ ਗੁਰੂ ਨੇ ਦਿੱਤਾ ਨਹੀਂ ਉਥੇ ਤੇ ਅਸੀਂ ਲਾਉਂਦੇ ਆ ਮੈਂ ਫਲਾਣਾ ਹਾਂ ਉਥੇ ਵੀ ਆਪਦਾ ਨਾਮ ਤੇ ਗੁਰੂ ਦੇ ਕੋਲ ਆ ਕੇ ਵੀ ਆਪਦਾ ਨਾ ਗੁਰੂ ਦਾ ਨਾਮ ਤੇ ਰਹਿ ਨਾ ਗਿਆ ਅਸੀਂ ਕਿੰਨੇ ਚਲਾਕ ਹੋ ਗਏ ਆ ਕਿੰਨੇ ਸਵਾਰਥੀ ਹੋ ਗਏ ਆ ਆਪਣੇ ਘਰ ਦੇ ਬਾਹਰ ਤੇ ਆਪਣਾ ਨਾਮ ਲਿਖਦੇ ਹੀ ਆ ਗੁਰੂ ਦੇ ਘਰ ਤੇ ਆ ਕੇ ਵੀ ਆਖਦੇ ਆ ਮੇਰਾ ਹੀ ਨਾਂ ਲਿਖਿਆ ਜਾਏ ਹਾਲੇ ਕਿ ਸਾਡੀ ਹਾਲਤ ਉਹ ਬੱਚੇ ਵਾਲੀ ਹੈ ਕਿ ਬੱਚੇ ਨੂੰ ਜੇ ਬਜ਼ੁਰਗ ਨੇ ਕੁਝ ਲਿਆ ਕੇ ਦਿੱਤਾ ਉਹਦੇ ਲਿਆਦੇ ਵਿੱਚੋਂ ਜੇ ਥੋੜਾ ਜਿਹਾ ਉਹ ਵਾਪਸ ਕਰਦਾ ਆਸਾਨ ਨਹੀਂ ਕਰਦਾ ਪਿਆ ਕਿਉਂਕਿ ਜਿਹਨੂੰ ਵਾਪਸ ਕਰਦਾ ਪਿਆ ਲੈ ਕੇ ਹੀ ਉਹ ਆਇਆ ਹੈ ਸਾਨੂੰ ਸਤਿਗੁਰੂ ਦਾਤਾਂ ਦੇਦੇ ਉਹਨੀਆਂ ਦਾਤਾਂ ਵਿੱਚੋਂ ਥੋੜਾ ਜਿਹਾ ਕੋਈ ਪਦਾਰਥ ਅਸੀਂ ਦੇ ਵੀ ਗਏ ਤੇ ਉਹਦਾ ਆਸਾਨ ਜਿਤਾਈ ਦਾ ਫਕਰ ਕਰੀਦਾ ਜਿਕਾਰਾ ਭਲਾਈ ਦਾ ਆਪਦੇ ਨਾਮ ਦਾ ਆਪਦੇ ਨਾਮ ਦਾ ਨੰਬਰ ਪਲੇਟ ਲਵਾਈਦੀ ਹੈ ਇਹ ਮਾਣ ਹੈ ਇਹਦੇ ਵਿੱਚੋਂ ਮਿਲਣਾ ਕੁਝ ਨਹੀਂ ਹੈ